मालवा भी टीवी ते मैं गुरविंदर सिंह रोमी खिचो तान दियां तस्वीरां बीचले कल ही आ गईयां सी तुहानू जानकारी दे दईए सोशल मीडिया ते कल हलका विधायक बीबा नरेंद्र कौर बराज दी फेसबुक ते एक पोस्ट पैंदी है कांग्रेस पार्टी नाल संबंधित दो कौंसलर बीबियां आम आदमी पार्टी दे विच शामिल हुंदियां ने उस तो बाद मुड़ मामला भख जांदा तुहानू जानकारी दे दईए इस तो पहला भी चार कौंसलर आम आदमी पार्टी दे विच शामिल हो गए सी ते कुर्सी है जिहड़ी प्रधान दी उहनू झटके मार मार हिला रहे ने पर इस वार मुड़ बलविंदर सिंह पूनिया अपने धर्म पत्नी दी उह कुर्सी बचाउण च कामयाब हुंदे नज़र आ रहे ने तुहानू जानकारी दे दईए कि कल दो कौंसलर बीबा नरेंद्र कौर बराज दी हाजरी दे विच आम आदमी पार्टी ज्वाइन कर गए सी पर अज खबर मिली है कि एक एम सी बीबा मुड़ छाल मार के कांग्रेस पार्टी के बच्चे परत गए ने कहा जा रहा है कि घर वापसी कर गए ने ते तुहानू सुनाउने आ धूरी तो सबका विधायक ने गोल्डी जी उन्होंने कोल पुजे ने कौंसलर ने ते ओ बीबा जी हरविंदर कौर कौंसलर ने ओ नाल खड़े नज़र आ रहे ने की कहना कल क्यों गए सीगे ते अज वापसी क्यों की तुहानू जानकारी दे दईए कुर्सी नू झटके लग रहे ने पर यह भी आवाज़ आ रही ने कि देखी चलो बकरे की माँ कल तक खैर मनाऊगी आपां सुणाउने आ तुहानू कि गोल्डी जी की कहिंदे ने आ जाओ तुसीं भी सुन लो। सति श्री अकाल जी, अज असीं सारे भवानीगढ़ दे साडे एम सी साहिबान साडे प्रधान साहिबान असीं इकट्ठे होए आ। ਕੱਲ ਦਾ ਇੱਕ ਘਟਨਾਕ੍ਰਮ ਹੋਇਆ ਭਵਾਨੀਗੜ੍ਹ ਦੇ ਵਿੱਚ ਵਿਖੇ ਜਿੱਥੇ ਸਾਡੇ ਬੀਬੀ ਜੀ ਹਰਵਿੰਦਰ ਕੌਰ ਜੀ ਨੂੰ ਕੁਛ ਆਮ ਆਦਮੀ ਦੇ ਵਰਕਰਾਂ ਨੇ ਗੁੰਮਰਾਹ ਕਰਕੇ ਉੱਥੇ ਬੁਲਾ ਕੇ ਤੇ ਇਹਨਾਂ ਨੂੰ ਥੋੜਾ ਜਿਹਾ ਟੌਰਚਰ ਟਾਈਪ ਜਿਵੇਂ ਆਪਾਂ ਕਹਿ ਦਿੰਦੇ ਹਾਂ ਤੰਗ ਪਰੇਸ਼ਾਨ ਕਰਕੇ ਇਹਨਾਂ ਨੂੰ ਧੱਕੇ ਨਾਲ ਸਰੋਪਾ ਪਾਇਆ ਗਿਆ। ਸੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਜਿਹੇ ਹੱਥ ਕੰਡੇ ਜਿਹੜੇ ਨੇ ਇਹ ਨਾ ਬਣਾਓ ਤੇ ਇਹਦੇ 'ਚ ਮੈਂ ਤੁਹਾਨੂੰ ਖਾਸ ਗੱਲ ਇੱਕ ਕਹਿਣੀ ਚਾਹੁੰਦਾ ਵੀ ਮੈਂ ਇਲੈਕਸ਼ਨਾਂ ਹਾਰਨ ਤੋਂ ਬਾਅਦ ਇੱਕ ਗੱਲ ਕਹੀ ਸੀ ਵੀ 15-20 ਬੰਦਿਆਂ ਤੋਂ ਬਚਿਓ ਜਿਹੜਾਂ ਦਾ ਹਮੇਸ਼ਾ ਸਰਕਾਰਾਂ ਰਹਿੰਦੀਆਂ ਨੇ ਤੇ ਇਹ ਜਿਹੜੀ ਘਟਨਾ ਇਹ ਵੀ ਸਾਡੇ ਚੋਂ ਗਏ ਹੋਏ 2-3 ਜਿਹੜੇ ਐਮਸੀ ਨੇ ਉਹਨਾਂ ਦੁਆਰਾ ਇਹ ਕੀਤੀ ਗਈ ਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਾਰਡੀਓਲੋਜੀ ਨੂੰ ਫੋਲੋ ਕਰਦੇ ਆ ਅਸੀਂ ਸਾਰੇ, ਆਪਾਂ ਆਪਦੀਆਂ ਪਾਰਟੀਆਂ ਨਾਲ ਸੰਬੰਧਤ ਆ। ਤੁਸੀਂ ਇਸ ਤਰੀਕੇ ਨਾਲ ਧੱਕੇ ਨਾਲ ਨਾ ਤਾਂ ਤੁਸੀਂ ਕੱਲ ਤੋੜ ਸਕੇ ਨਾ ਤੁਸੀਂ ਅੱਜ ਤੋੜ ਸਕੋ ਤੇ ਨਾ ਹੀ ਤੁਸੀਂ ਭਵਿੱਖ 'ਚ ਤੋੜ ਸਕੋ। ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਆਪਦੇ ਐਮਸੀ ਸਾਹਿਬਾਨ ਨਾਲ ਮੇਰੀ ਮਾਂ ਨਾਲ ਡਟ ਕੇ ਖੜਾ। ਜੇ ਇਹਦੇ ਕੰਨੀ ਕਿਸੇ ਨੇ ਉਂਗਲ ਚੱਕੀ ਤਾਂ ਅਸੀਂ ਸਾਰੇ ਜਣੇ ਜਿਹੜਾ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਵੀ ਅਜਿਹੇ ਜਿਹੜੇ ਮਾੜੇ ਵਤੀਰੇ ਨੇ ਇਹ ਇਹਨਾਂ ਤੋਂ ਤੁਸੀਂ ਬਾਜ਼ ਆ ਜਾਓ। ਇਹ ਕੋਈ ਫਾਇਦਾ ਨਹੀਂ ਕਦੇ ਤੁਸੀਂ ਕਿਸੇ ਚੀਜ਼ ਤੇ ਹਮਲਾ ਕਰਦੇ ਹੋ। ਇੱਕ ਦੋ ਐਮਸੀਆਂ ਨੂੰ ਤੁਸੀਂ ਨੇ ਪਹਿਲਾਂ ਵੀ ਸਾਡਿਆਂ ਨੂੰ ਜਿਹੜਾ ਡਰਾਇਆ ਧਮਕਾਇਆ। ਸੋ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ। ਸਿਰਫ ਮੇਰੀ ਇਹ ਤੁਹਾਨੂੰ ਬੇਨਤੀ ਆ ਵੀ ਅਜਿਹੀਆਂ ਜਿਹੜੀਆਂ ਹਰਕਤਾਂ ਨੇ ਉਹਦੇ ਤੋਂ ਬਾਅਦ ਜਾ ਕੇ ਸਾਨੂੰ ਸਾਡੇ ਬੰਦਿਆਂ ਨੂੰ ਆਰਾਮ ਨਾਲ ਆਪਦਾ ਕੰਮ ਕਰਨ ਦਿਓ ਤੇ ਇੱਕ ਦੋ ਦਿਨ ਤੱਕ ਜਦੋਂ ਹੀ ਸਾਡੇ ਐਮਸੀ ਸਾਹਿਬਾਨ ਮੈਨੂੰ ਕਹਿਣਗੇ ਅਸੀਂ ਆ ਕੇ ਭਵਾਨੀਗੜ੍ਹ ਦੇ ਵਿਖੇ ਇਹ ਸਾਰੀ ਵਿਸ਼ੇਸ਼ ਚਰਚਾ ਜਿਹੜੀ ਪੂਰੀ ਪ੍ਰੈਸ ਨੂੰ ਵੀ ਅਸੀਂ ਜਿਹੜੀ ਸਾਰੀ ਡਿਟੇਲ ਉੱਥੇ ਆ ਕੇ ਦੱਸਾਂਗੇ। ਧੰਨਵਾਦ। ਸੋ ਤੁਸੀਂ ਸੁਣਿਆ ਗੋਲਡੀ ਜੀ ਦੀ ਇੱਕ ਗੱਲ ਜਿਹੜੀ ਵਰਲਡ ਪੱਧਰ 'ਤੇ ਫੇਮਸ ਹੋਈ ਸੀ ਅਤੇ ਸਮੇਂ ਸਮੇਂ 'ਤੇ ਚਰਚਾ ਦੇ ਵਿੱਚ ਵੀ ਆਉਂਦੀ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇੱਕ ਗੱਲ ਇਹਨਾਂ ਨੇ ਵੋਟਾਂ ਵੇਲੇ ਕਹੀ ਸੀ ਕਿ 10-11 ਬੰਦੇ ਹਰ ਇੱਕ ਹਲਕੇ 'ਚ ਹੁੰਦੇ ਨੇ ਜਿਹੜੇ ਬਿਨਾਂ ਭੂਆ ਤੋਂ ਫੁੱਫੜ ਬਣੇ ਹੁੰਦੇ ਨੇ ਅਤੇ ਉਹ ਹਰ ਸਰਕਾਰ ਦੇ ਵਿੱਚ ਨਜ਼ਰ ਆਉਂਦੇ ਨੇ ਅਤੇ ਇਲਾਕਾ ਭਵਾਨੀਗੜ੍ਹ ਦੇ ਵਿੱਚ ਐਸੇ ਕਿਹੜੇ ਲੋਕ ਨੇ ਜਿਹੜੇ ਹਰ ਸਰਕਾਰ ਦੇ ਵਿੱਚ ਨਜ਼ਰ ਆਉਂਦੇ ਨੇ? ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜਾਣਕਾਰੀ ਦਿਓ ਕਿਉਂਕਿ ਵੇਲਾ ਆ ਗਿਆ ਚਰਚਾ ਕਰਨ ਦਾ। ਇੱਕਦਮ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਗੋਲਡੀ ਜੀ ਨੇ ਹੀ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਾਡੇ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਕਦੇ ਸਾਡਾ ਹਿੱਸਾ ਹੁੰਦੇ ਸੀ। ਅਤੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਕਮੈਂਟਾਂ ਦੇ ਵਿੱਚ ਜਾਣਕਾਰੀ ਦਿਓ ਕਿ ਆਮ ਜਨਤਾ ਆਮ ਪਬਲਿਕ ਇਸ ਤਰ੍ਹਾਂ ਦੇ ਵਰਤਾਰੇ ਨੂੰ ਕਿਸ ਤਰ੍ਹਾਂ ਦੇਖਦੀ ਹੈ। ਹਰ ਨਵੀਂ ਅਪਡੇਟ ਲਈ ਦੇਖਦੇ ਰਹੋ ਮਾਲਵਾ MB TV।
ਧੰਨਵਾਦ। ਅਸੀਂ ਆ ਕੇ ਭਵਾਨੀਗੜ੍ਹ ਦੇ ਵਿਖੇ ਇਹ ਸਾਰੀ ਵਿਸ਼ੇਸ਼ ਚਰਚਾ ਜਿਹੜੀ ਪੂਰੀ ਪ੍ਰੈਸ ਨੂੰ ਵੀ ਅਸੀਂ ਜਿਹੜੀ ਸਾਰੀ ਡਿਟੇਲ ਉੱਥੇ ਆ ਕੇ ਦੱਸਾਂਗੇ। ਧੰਨਵਾਦ।